فتن رحمت للعالمين ونشهد أن لا إله إلا الله وحده متوحدا له الكبرياء ونشهد أن سيدنا وسندنا شفيعنا والرجاء له محمدا عبده ورسوله أما بعد فأعوذ بالله من الشيطان الرجيم بسم الله الرحمن الرحيم والذي جاء بالصدق وصدق به أعوذ بالله من الشيطان الرجيم اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد گرامی قدر حضرات فرمایا اس آیت وچ اس دے بعد اللہ رب العزت نے اپنے مقدس پیغمبر دی شخصیت دا تعلق مخلوقات انسانی دے نال بھی ذکر فرمایا ہے قرآن مقدس دے نال تعلق رسول کیوں اس واسطے کہ رسول اللہ دی سچائی اور صداقت دا شاہد اور گواہ اللہ پاک نے قرآن مقدس کو بنایا تے جدوں جس مرحلے تے قرآن مقدس وچ کچھ شک دی گنجائش پیدا کر دین بے ایمان لوگ تو قرآن مقدس دی تصدیق واسطے چنے ہیں وجود محمد الرسول اللہ صلی اللہ علیہ وسلم اس واسطے اس دنیا واسطے جویں رسول دا ہونا ضروری ہا انجے رسول واسطے قرآن مقدس دا ہونا بھی ضروری ہا تعلیم واسطے جویں دنیا دے اندر قرآن پاک دا ہونا لازمی ہے
ਇੰਜ ਤਰ੍ਹਾਂ ਕੁਰਾਨ ਮੁਕੱਦਸ ਦੀ ਤਸ਼ਰੀਹ ਔਰ ਤਫਸੀਰ ਵਾਸਤੇ ਮੁਹੰਮਦ ਰਸੂਲ ਉੱਲਾਹ ਦਾ ਹੋਣਾ ਵੀ ਜ਼ਰੂਰੀ ਹੈ। ਜਬ ਤੱਕ ਇਹ ਦੋ ਸ਼ਖਸੀਅਤਾਂ ਆਪਸ ਵਿੱਚ ਨਾ ਮਿਲਦੀਆਂ ਕੁਰਾਨ ਔਰ ਅੱਲਾਹ ਦਾ ਇਹ ਜਵਾਨ ਮੁਹੰਮਦ ਰਸੂਲ ਉੱਲਾਹ, ਉਸ ਵਕਤ ਤੱਕ ਇਸ ਦੁਨੀਆ ਦੇ ਅੰਦਰ ਹਿਦਾਇਤ ਦਾ, ਵਿਕਾਇਤ ਦਾ, ਅਮਾਨਤ ਦਾ, ਇਬਾਦਤ ਦਾ, ਵਿਲਾਇਤ ਦਾ ਕੋਈ ਮਿਆਰ ਪੈਦਾ ਨਹੀਂ ਹੋ ਸਕਦਾ। ਇਸ ਵਾਸਤੇ ਸਭ ਤੋਂ ਪਹਿਲੇ ਅੱਲਾਹ ਪਾਕ ਨੇ ਕੁਰਾਨ ਮੁਕੱਦਸ ਔਰ ਮੁਹੰਮਦ ਰਸੂਲ ਉੱਲਾਹ ਦਾ ਆਪਸ ਵਿੱਚ ਰਬਤ ਬਿਆਨ ਕਰਕੇ ਉਮਤ ਮੁਹੰਮਦ ਰਸੂਲ ਉੱਲਾਹ ਨੂੰ ਇਹ ਤਾਲੀਮ ਦਿੱਤੀ ਹੈ ਕਿ ਜਿਵੇਂ ਕੁਰਾਨ ਔਰ ਮੁਹੰਮਦ ਰਸੂਲ ਉੱਲਾਹ ਦਾ ਆਪਸ ਦੇ ਅੰਦਰ ਫੋਟਾ ਤੇ ਤੋਟਾ ਤੇ ਜੁਦਾਈ ਤੇ ਤੋੜ ਨਹੀਂ ਹੋ ਸਕਦਾ, ਇਸੇ ਤਰੀਕੇ ਨਾਲ ਕੋਈ ਉਮਤ ਦਾ ਫਰਦ ਵੀ ਸਿਵਾਏ ਬਿਆਨ ਮੁਹੰਮਦ ਰਸੂਲ ਉੱਲਾਹ ਦੇ ਕਾਮਯਾਬ ਨਹੀਂ ਹੋ ਸਕਦਾ। ਔਰ ਇਹ ਤਾਲੁਕ ਇਸ ਵਾਸਤੇ ਪੇਸ਼ ਕੀਤਾ ਕਿ ਦੁਨੀਆ ਦੇ ਆਬਾਦੀ ਦੇ ਅਕਸਰ ਹਿੱਸੇ ਨੇ ਕਿਸਮੋ ਕਿਸਮ ਦੀ ਬੂਛਾੜ ਕੀਤੀ ਮੁਹੰਮਦ ਰਸੂਲ ਉੱਲਾਹ ਦੇ ਵਜੂਦ ਤੇ, ਔਰ ਮੁਸਤਕਿਲ ਇੱਕ ਜਮਾਤ ਤੇ ਪਾਰਟੀ ਤਜਵੀਜ਼ ਹੋਈ ਜਿਸ ਦੇ ਜ਼ਿੰਮੇ ਇਹ ਕੰਮ ਲਗਾਇਆ ਗਿਆ ਕਿ ਰਾਤ ਦਿਨ ਬੈਠ ਕੇ ਜੁਸਤਜੂ ਕਰੋ ਤੇ ਮੁਹੰਮਦ ਦੇ ਵਜੂਦ ਵਿੱਚੋਂ ਕੋਈ ਨਾ ਕੋਈ ਐਸਾ ਐਬ ਤਲਾਸ਼ ਕਰੋ ਜਿਸ ਦੀ ਬਿਨਾ ਤੇ ਇਸ ਦਾ ਬਿਆਨ ਵੀ ਰੁਕ ਜਾਵੇ, ਇਸ ਦੀ ਨਬੂਵਤ ਦਾ ਐਲਾਨ ਵੀ ਰੁਕ ਜਾਏ, ਨਬੂਵਤ ਵਾਲਾ ਮਾਮਲਾ ਸਿਰੇ ਕੋਲੋਂ ਫੇਲ ਕਰ ਦਿੱਤਾ ਜਾਏ। ਮੁਸਤਕਿਲ ਤੌਰ ਤੇ ਇੱਕ ਜਮਾਤ ਸ਼ੁਰੂ ਹੋਈ ਤੇ ਉਹ ਕੋਈ ਅਦਨਾ ਜਿਹੀ ਜਮਾਤ ਨਾ ਹੀ ਜਿਹੜੀ ਮੁਕਰਰ ਕੀਤੀ ਗਈ, ਬਹੁਤ ਬੜੇ ਆਲਾ ਦਰਜੇ ਦੇ ਫਿਰ ਰਹੀ ਸੀ, ਅੱਛੇ ਖਾਸੇ ਮੁਫਤੀ ਸ਼ੇਖੁਲ ਹਰਕਾਤ, ਉਹ ਉੱਚੇ ਉੱਚੇ ਬਾਖੜ ਮੌਲਵੀ, ਪੋਪ, ਪੰਡਤ, ਇਲਮ ਦੇ ਚੰਗੇ ਭਲੇ ਤਾਂਗ, ਇਹ ਮੁਕਰਰ ਕੀਤੇ ਗਏ ਬਈ ਇੱਕ ਤਾਂ ਇਹਨਾਂ ਦੀ ਆਪਣੀ ਸ਼ਖਸੀਅਤ ਬੜੀ ਆਲਾ ਹੈ ਦੁਨੀਆ ਦੀ ਨਜ਼ਰਾਂ 'ਚ, ਇਹਨਾਂ ਦਾ ਡੀਲ ਡੋਲ ਤੇ ਵਜੂਦ ਵੇਖ ਕੇ ਹੀ ਬੰਦੇ ਕੰਬ ਵੈਂਦੇ ਨੇ ਕਿ ਕੋਈ ਬਲਡੋਜ਼ਰ ਦੀਨ ਦਾ ਆ ਰਿਹਾ। ਮੌਲੀ ਮੁਹੰਮਦ ਅਮੀਨ ਸਾਹਿਬ ਦਾ ਵਜੂਦ ਨੂੰ ਕੋਈ ਵੇਖੇ, ਉਹਨਾਂ ਇਸ ਵਜੂਦ ਕੋਲੋਂ ਕਿਹ ਡਰਨਾ ਜੇ ਤੁਹਾਡੀ ਵਿੱਚੋਂ ਸ਼ਰਾਰੇ ਮੂੰਹ ਦੇ ਨਿਕਲਣ ਨਹੀਂ, ਇਹ ਤਾਂ ਬੰਬ ਛੁੱਟੇ ਤੇ ਅੱਗਾਂ ਅਸਰ ਹੋਵੇ ਤੇ ਕਲੇਜਾ ਤੇ ਪਿੱਤਾ ਵੰਜ ਕੇ ਚਿਰੀਵੇ ਤਾਂ ਅਗਲੇ ਨੂੰ ਮਹਿਸੂਸ ਹੋਵੇ ਬਈ ਵੇਖਣ ਵਿੱਚ ਤਾਂ ਇਹ ਪਿੱਧੀ ਹੈ ਤੇ ਉਂਝ ਪੂਰਾ ਏਟਮ ਬੰਬ ਹੈ। ਬਾਈ ਘਬਰਾਉਣ ਦੀ ਜ਼ਰੂਰਤ ਨਹੀਂ, ਤੁਸੀਂ ਮੁਤਫਕਰ ਨਜ਼ਰ ਆ ਰਹੇ ਹੋ, ਉਲਟਾ ਸੁਨਤ ਰਸੂਲ ਦੇ ਮੁਤਾਬਿਕ ਅੱਜ ਦਾ ਜਲਸਾ ਹੋ ਰਿਹਾ। ਤਕਲੀਫ ਹੈ ਕਿਉਂਕਿ ਗਲਾ ਦੁਖਦਾ ਹੈ, ਗਲੇ 'ਚ ਜ਼ਖਮ ਹੈ, ਇੱਕ ਇੱਕ ਲਫ਼ਜ਼ ਤੇ ਮੈਨੂੰ ਦਰਦ ਹੁੰਦਾ ਹੈ, ਮਗਰ ਇਸ ਬਿਨਾ ਉੱਤੇ ਹੁਣ ਬੋਲਣਾ ਜ਼ਰੂਰ ਹੈ ਕਿ ਬੇਈਮਾਨਾਂ ਦੀ ਕਰਾਮਤ ਹੀ ਨਾ ਬਣ ਜਾਵੇ ਨਾ ਸਿਰੇ। ਦੇਖਣ ਦੇ ਅੰਦਰ ਏਡੇ ਵੱਡੇ ਮੋਟੇ ਜੋ ਇਨ ਅੱਲਾਹ ਯੁਬਖਿਜ਼ੁਲ ਹਿਬਰਸਮੀਨ, ਏਡੇ ਠੁੱਲੇ ਤੇ ਦੁੱਕੜ ਮੌਲਵੀ ਨੂੰ ਤਾਂ ਅੱਲਾ ਹੀ ਬੁਰੀ ਨਜ਼ਰ ਨਾਲ ਵੇਖਦਾ ਹੈ, ਪਸੰਦ ਨਹੀਂ ਕਰਦਾ। ਬਹਰਹਾਲ ਇੱਕ ਤੇ ਉਹਨਾਂ ਦਾ ਵਜੂਦ ਬੜਾ, ਦੂਸਰਾ ਕਿਤਾਬਾਂ ਦੇ ਉਹ ਬਿਲਕੁਲ ਫਾਰ ਲੱਡੇ ਹੋਏ, ਇਦਲੀਆਂ ਕੱਛਾਂ ਹੀ ਮੰਡੀਆਂ ਹੋਈਆਂ, ਇਦਲੀਆਂ ਵੀ ਕਮ ਅਸਲ ਹਿਮਾਰਿਆ ਮਿਲੋ ਅਸਫਾਰਾ। ਇਸ ਵਾਸਤੇ ਉਹਨਾਂ ਚੁਣਿਆ ਚੰਗੀ ਪਾਰਟੀ ਵੱਲ ਜਿਹੀ ਕਰਕੇ ਕਿ ਪਬਲਿਕ ਦੇ ਸਾਹਮਣੇ ਆਵਾਜ਼ ਉਠੀਵੇਂ ਤਾਂ ਉਠਾਵੇਂ ਤਾਂ ਵੀ ਮਕਬੂਲ ਹੋਵੇ ਤੇ ਕੁਝ ਸੋਚਣ ਤਾਂ ਮੁਹੰਮਦ ਦੇ ਫੇਲ ਕਰਨ ਵਾਸਤੇ ਬਹੁਤ ਆਲਾ ਮਨਸੂਬਾ। ਉਹ ਸੋਚ ਵਿਚਾਰ ਕਰਨ ਵਾਲੀ ਪਾਰਟੀ ਰਾਤ ਦਿਨ ਇਸੇ ਧੁੰਨ 'ਚ ਲੱਗੀ ਹੋਈ ਹੈ,
कदे कोई एतराज कर दे, कदे कोई एतराज। अल्लाह 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 पाक ने मुहम्मद रसूलुल्लाह दी सिदाकत ते सफाई वास्ते एक कुरान पाक चुनिया। कुरान मुकद्दस एक, मुहम्मद जवानी एक, सरपरस्ती करन वाला रहमान भी एक, एक एक ने होके ते सारे जग दी कट दित्ती फेक, कख बाकी ना बचिया। एक एक सट मारी अल्लाह दे पाक कुरान ने, ना कोई जंडी लत्ती, ना कोई कबर लत्ती, ना कोई ताजिया लत्ता, ना कोई उरला, ना कोई परला, ठुल्ला नोरी रेक मरेंदे ते वेंदे पयान मैदान छोड़ के एक कोई ना रहा मौके पे। मगर मुहम्मद पाक दा और कुरान पाक दा रब्त एडा अल्लाह पाक ने इतना शिद्दत नाल, इतना इस किस्म दा पेचदार बयान कीता जिथे कायनात नूं पता चल जाए, मालूम होवे कुरान मुहम्मद दी इंतजार च हा, मुहम्मद कुरान दी इंतजार च। अल्लाह बहुत बड़े बड़े एतराज होए। एक बहुत बड़ा गबर मुशरे के अपनी औरत दे जिम्मे लगांदा है कि असा तो बड़ा होटा लाया है, चारा लाया है, मुहम्मद नू बदनाम करन विच कामयाब असा ना हो सके। कदे असा आख्या जादूगर ए चप्पर भी साड़ी कामयाब नहीं होई, जादूगर आले अलले तलले सच वेखण च नहीं आए। कदे ऐसा आख्या मजनून ते झल्ला है, ये भी कामयाब गुर नहीं होया। क्यों? असा अपने कन्ना नाल सुनया है, अखा नाल देखया है, पागल तो पागल भी अगर मुहम्मद दी मजलिस च जावे तो सारी दुनिया दा उस्ताद बन के वापस होगा। इस वास्ते ये चप्पर भी नहीं लग सकती। कतल दे मनसूबे भी बनाए, खत्म कर दे उसका वजूद, मगर साडे अपने घर विचों उसकी मुखालफत उठी है। खुद साडे अपने आदमी आखे अगर मुहम्मद दे एक वाल नू भी जरब लग गई तो तुहाडा पूरा कुंभा भुन के रख दे। कोई गुर नहीं साडा इत्थे इस्तेमाल हो सकिया। होर बड़े होटे ते चारे लाए अपनी औरत नू, अल्लाह अल्लाह, अपनी इज्जत ते अपनी गैरत नू आखण लगा तू कोई बंद ही हो जिया जा के सोच जिथे बदनाम हो जावे मुहम्मद सल्लल्लाहु अलैहि वसल्लम। देखिया मुशरिक ते बेईमान एडा बेगैरत होंदा है, अपनी इज्जत नू भी वेचण वास्ते तैयार है, किवें ना किवें मुवैद आदमी बदनाम जरूर हो। उस आख्या चंगा मैं हुण खाली ना हट सका, कदे कोई ना कोई सूतर करके ही आसा मैं मुहम्मद दा सल्लल्लाह। उसने कोई टोइयां लाइयां जो कुछ उसने दिल दे अंदर, हाँ खुदा ही जानता है, बहर हाल कुछ ना कुछ इतना ते महसूस होता है जेडे इरादे नालों चली हो। हाँ के जले गई चंद दिन वास्ते उसी खामोशी साथ लई, ना पुछया के कीता ही के नहीं कीता। एक दिन मुशरिकीन दी मजलिस हो रही है ते मशवरा हर कोई पे देंदा है, उत्थे उसनू याद आया ओहो मैं तो अपनी बीवी दे जिम्मे एक कम लाया, मैनू ख्याल नहीं रहा मैनू उस कोलो पहले पुछण दे, हो सकदा है कोई तजवीज उसने दौड़ के आया, बीवी नू साथ ले आया, अगे मशवरे कर करके हुट्टे पे थके पे, एक तजवीज ही कामयाब ना होई जिस नाल मुहम्मद रसूलुल्लाह दी नबुव्वत नू फेल कीता जा सके। औरत नू आखे लगा तेरे जिम्मे जो लगाया, उस आख्या बड़ा अच्छा लगाया, बड़ा सोने
मा कुंतु इल्ला फी फिक्रिन अबदन। मैं बड़ा सोचया है, बहुत सोचया है, बहुत सोचया है। मैं जड़े नतीजे ते पहुंचियां, कामयाब हो गईयां। मैं हर पास्यों सोचया, मैनू यकीन हो गया। ओदी टोर भी वेखीए, ओदा बोल भी देखिया है, ओदा कौल भी देखिया है, ओदी तिलावत भी वेखीए, ओदी अजालत भी वेखीए, ओदी नियाबत भी वेखीए, ओदियां इमामत ही देखियां, ओदी रफ्तार ते किरदार भी देखिया है, ओदा प्यार ते कुरान भी देखिया है। मा वजतहु इल्ला मुबर्रा। मैनू उस अल्लाह की कसम है, मैं मुहम्मद नू हर पास वेख लिया है। मैनू तो एक कीड़ी दे सिर जितना ही ऐब मुहम्मद ते नजर नहीं आए। हर भी सोचा है, तेरे मुतलक भी सोचा है, दुनिया दे दानिशवरां ते फलासफरां दे बारे च भी सोचा है। मुहम्मद नू भी टोहे टोहे के वेख्या है, अगे पिछे भी, चलदियां फिरदियां भी, बैठदियां उठदियां भी। ये दिन ते मैं कुर्बान कीते ने सिर्फ इसे काम वास्ते, मगर मैनू अल्लाह दी कसम है, मा वजतहु इल्ला मुबर्रा मिन कुल्ले ऐबिन। मैनू ते जदन भी मुहम्मद दा आंदा ख्याल, मैनू ते इंज मालूम होंदा है जे कोई बरी दुनिया तो ऐबां कोलों पा के ता मुहम्मद दी ज़ात है। दे होटे लाए, चारे कीते, मगर अल्लाह रब्बुल इज्जत ने रंग चाड़िया है मुहम्मद दे वजूद ते, ता कुरान पाक दा रंग चाड़िया है। इस वास्ते अल्लाह पाक ने जिवें कुरान नू नूर बनाया है, मुहम्मद रसूलुल्लाह दे अंदर इतना धसया है वो नूर, जो अल्लाह ने एक मौके ते सड़ के आखिया है, तू छड़ा तेरे अंदर ता नूर आया है, आवन दे नाल तू के बन गया है सिराजन मुनीरा। कुरान पाक चुप कीता हा तू मुनी अल्लाह, नूर चुप कीता होंदा है ते मुनीर बोलन वाला होंदा है। अल्लाह पाक आता है, कुरान तू बगैर तेरा काम भी नहीं बनता मेरा पैगंबर, मगर ये भी मनना पौसी कि तेरे बगैर कुरान दा काम भी नहीं बनया मोहल्ला। क्यों? कुरान नूरे, नूर मुस्लिम फी जात ही होंदा है, अपनी जात दे अंदर ता अनेरा होंदा सी, मगर उत्ते चमकार होंदा है, ते मुनीर ओ होंदा है जिंदे अंदर भी नूर होवे ते जिंदे बाहर भी नूर दियां छल्लां चल रही हो। ए मेरा लाडला पैगंबर, सारी दी सारी कायनात दियां किताबां ओ अपने मकाम ते रह गईयां, पर जेड़ा तैं मुहम्मद दे नाल रबत मैं कुरान पाक नूं दित्ता है, इहो जिहा रबत कहे पैगंबर नूं किसे किताब नाल मैं नहीं दित्ता। इस बिना दुते कुंता तदरी मल किताबो वलल ईमान वलाकिन जालना हुनूरा नहदी भी मन्नशा। ए मेरे पैगंबर, एक ओ वेला जो तैनू किताब दा भी पता कोई नहीं, किताब कैनू अखींदा है, ना तो तू किसे कोलो पढ़ियो, ना किसे दे अगे दोजानो के बैठो मेरा पाक पैगंबर, ना तेरा कोई दुनिया च पीर, ना मुर्शिद, ना उस्ताद, ना मुअल्लिम, हत्ता के तेरा ता मैं बाप ही दुनिया ते ना रहन दिता, तेरी अम्मा भी दुनिया ते ना रहन दिती, तेरा पीर भी कोई नहीं बनाया दुनिया ते, तेरा मुअल्लिम भी कोई नहीं बनाया, मैं हर शाय तेरी आप बन गया। तेरी माली झोली दी मुहब्बत दी जरूरत ही तो मैं काफियां, बाबे दी झोली ते गोद दी मुहब्बत दी जरूरत आई या तो मैं ठेका चा लिया है, पीर दी तरबियत दी जरूरत आई तो मैं जिम्मा चा लिया है, उस्ताद दी तालीम दी जरूरत आई तो मैं जिम्मा चा लिया है, उस्ताद ते मुर्शिद दी रहबरी दी जरूरत आई तो मैं जिम्मा चा लिया है। वाजद कज़ा लन फादा वाजद का
قائلن فاغنا اے میرا پاک پیغمبر جے بے ٹھکانہ ہویا ہے تے ٹھکانے دیون دا ٹھیکا میں چایا ہے جے اپنے باپ تے ماں دے سائے تو خالی ہویا ہے تے میں آپا کیوں میں رحمان وی ہاں تے رحیم وی ہاں باپ والی شفقت دی لوڑ پوے تے میں رحمان بن کے بندے دا ذمہ وار بن وینا ماں دی چھاتی دے دودھ دی ضرورت پوے اللہ اکبر رحیم بن کے ماں والی محبت دے تقاضے میں آپ پورے کرے نا رحمان دی محبت دا تقاضا کر کے باپ دی گود والا حق ادا کرے نا میں تیرے سر تے کوئی سرپرستی کوئی نہیں رہن دیتا اس بنا تے اے وی میری طرفوں چیلنج میرا پیغمبر 14 طبق دی کائنات ٹل لاوے جیندا پیو وی دنیا تے زندہ کوئی نہیں جیندا مرشد وی کوئی نہیں جیندے سر تے ہتھ پھیرن والا بھی کوئی نہیں جیندی ماں دی گود وی کوئی نہیں جینوں ماں فوتگی دے بعد 7 سال توڑی کسے ماں دا دودھ نصیب ہونا در کنار رہ گیا اپنی اما دی گھٹی بھی نصیب نہیں ہوئی کہندے سر دے اوتے استاد دے شفقت دا ہتھ وی کوئی نہیں میں چیلنج دتا ہے 14 طبق والے ہو او ملوانیو او پیرو او گرنتھو او پوپو پادریو لینڈ لاٹو او تونگرو بتنگرو ملنگو ننگو لفنگیو دھڑنگیو چودھریو راؤو باؤو او شاہو گدھاو او مفتیو شیخو اپنے پرائے بیگانے یگانے 40 سال دے بعد جیندے سر تے سرپرستی کرن والا ہاتھ وی کوئی نہیں میں اس نو اچھا چیت بلاونا ہے جے کہے ٹل لاونا ہے تا لا لوے جیڑا ساری کائنات وچوں ان پڑھے ایک دن ہونا ہے کہ 14 طبق دی کائنات دے سر تلے ہونے تے ترا محمد دا سارے تو اتے ہو آلن فہدا اے میرا پاک پیغمبر او ویلا بھی یاد کر جدا تم تلاش کر رہا ہوں کسے نو پتا کوئی نہیں کہ کسے کس چیز دی تلاش دے اندر تو آئے مگر تیری تلاش نو میں انج کر کے سدھا کیتا فہدا میں سارے اندھیرے دور کر کے چاننے سارے تیرے سینے دے اندر پیدا کر دیتے ہن ایو جیا نور تے چاننا آیا ہے جس دا نام قرآن پا کے اس دا تیرے بغیر جھٹ نہیں گزردا تے تیرا اس دے بغیر کوئی جھٹ نہیں گزر سارا جگ پیا تلیا ہے شکایت کرن تے بدنامیاں لاون تے ظلم و ستم کرن تے قتل و غارت کرن تے جلا وطن کرن تے بدنام کرن تے سارے کرتوتاں دا علاج اللہ نے ہکو کیتا قرآن پاک اللہ فرمایا اتلو ما اوہی الیک من الکتاب میرے پیغمبر 14 طبق دے لینڈ لاٹ وی ٹل لگا لین اگر اے کوشش کرن کہ تیری نبوت نو فیل کر دے دیئے نہیں ہو سکدی نہیں ہو سکدی نہیں ہو سکدی کیوں اس واسطے قرآن مقدس میں نازل تائیں کیتا ہے یہ تڑی اس نال تیرا کرنٹ ریا 14 طبق تباہ تا ہو سکدن تائیں محمد دی نبوت رو فیل کوئی کرو آج بھی کوئی بے ایمان یا بے دین فرض کرو اتھے تا کوئی نہیں کہتا بعد اس کا اتھے تا کہی نہیں نا کوئی یاریاں کھاوانا لا کوئی قبر جت چھلوڑ کوئی دائی تیوس اج بھی اگر ملک دے کسے حصے دے چھٹ کے اے تدائی پیدا کرے کہ میں اسلام نو مٹانا ہے ہاں ہاں میں اسلام والے نو مٹانا ہے فلا مسلمان دی آواز ختم کرنی ہے اللہ دا اج بھی وہ آواز ہے وہ نسخہ اختیار کر جڑا میرے محمد نے کیتا ہے قرآن دا دامت تو نہ چھوڑ سارے جگ دے مولوی ساری کائنات دے حکام ساری کائنات دے ڈکٹیٹر اے بھوکتے تے مر سکدن مگر قرآن جس کے سینے چیک دے اس کی آواز نو دبا آواز نہیں دب سکتی یہ کچھ دبن بھی لگے نا آواز تے اللہ پاک آپ آدھا نال شریک ہو بھی لائے دا میں جو ہاں پہ ترکڑا ہو ترکڑا ہو ترکڑا ہو ترکڑا ہو اللہ اللہ ایک قوم اٹھیے سالم وہ آواز دبان واسطے ایمان دی ایڈے ظلم کیتے انہوں نے تابر توڑ حملے کیتے کہ اللہ پاک نے انہوں نے ظلم دی داستان قرآن مقدس وچ صورت بنا کے نازل کیتے وَالسَّمَاءِ ذَاتِ الْبُرُوجِ وَالْيَوْمِ الْمَوْدِ وَشَاهِدٍ وَمَشْهُودِ قتل
اصحاب الاخدود النار ذات الوقود اذ هم عليها قود وهم على ما يفعلون بالمؤمنين شهود. اللہ سائیں فرمان دین میں اس آسمان دی قسم ہے جڑے آسمان تے میں برج لا دتے آسمان دی قسم تاں کھاتی اللہ پاک نے جڑے آسمان دے تلے انہاں نے انہاں مظلوماں تے ظلم کیتا آواز دبان دی خاطر ادلے نو مل ادلے نو بھج دے اس پاسے اے پولیس جی اے حاکم جی اے جے انہیں طرح بلیندے رائے گا تا ساڈے مذہب دی تا کنی وی بھج جانی ہے انہاں نو جلدی بند کرو اے بادشاہ قتل غارت ہو جائے گی تے اسا تانوں آکھ رہے ہاں اسا لڑ کے مر جانا ہے ادوں چاہ تے ادوں چاہ ادوں چاہ ساری رات تے سارا دن بھوک بھوک کے حکام نو وی جنہاں نو علم وی نہیں ہوندا حقیقت حال دا بے قصور مظلوماں دے حق دے وچ انہاں دے خلاف بھڑکا بھڑکا کے اگ دا ٹھینڈا تے بھانبڑ بھڑکا وکھایا حکام بھی تیار ہو گئے مشورہ دین والے او ظالم پوپ پادری تے منڈا تے پنتھ سارے اکٹھے ہو کے انہاں نے کی کیتا اللہ پاک فرماندا جڑا کچھ کیتا میرا آسمان گواہ ہے آسمان دے تلے اتنے ظلم کیتے انہاں نے جے میں انہوں نہ جل جل کے رکھدا تے آسمان وی ٹوٹے ٹوٹے ہو کے تلے گر پیندا والسماء ذات البروج والسماء اس برج والے آسمان دی قسم ہے جدو تے میں برج بنا دتن جدو تے میں سوریے بنا دتن جدو تے میں کمکمے لا دتن ایڈا جگمگ کردا جھل مل کردا آسمان او وی ٹوٹے ٹوٹے ہون نو چلیا جے میں اتوں تھپکیاں دے کے او نو جھلیندا کوئی نہ والسماء ذات البروج والیوم الموت وجہ کے بنی کیوں ظلم کیتا ظالماں نے تے کیوں بے قصوراں دے خلاف انہاں حاکماں نو بھڑکایا وڈیاں نو بھڑکایا ڈکٹیٹراں نو بھڑکایا تو صوفی نو جگایا دی ساری کائنات نو انہاں دے خلاف جو بھڑکایا کی وجہ بنی تے کیڑا قصور کیتا انہاں نے جڑی وجہ تو سارے ظالم کٹھے ہو کے انہاں دی آواز نو دباون لگ گئے اللہ پاک فرماندا ہے آؤ میں تانوں دساں جڑا قصور انہاں کیتا ہے کیڑی سینے گوہے تے لت دتی ہے کہندی عزت دیاں تھجیاں اڑائیاں کہندی حویلی چ جھاتی ماری کہندا مال کھاتا کوئی نہ کوئی نہ اللہ فرماندا مینوں اپنے تقدس جلال دی قسم ہے میں انہاں دیاں صفائیاں دینا او تے کسے دی عزت ول ٹیڑی اکھ دیکھ کے وی راضی کوئی نہ مگر جرم کیڑا ماں کم مینو مینو بلا اور جرم انہاں دے پلے کوئی نہیں صرف ایو جرم انہاں کیتا او کہندے ہن آمنا باللہ اساں اللہ پاک نال ایمان لائے آیا کیو جیا اللہ یومنو باللہ العزیز الحمید الذی لہ ملک السماوات والارض واللہ علی کل شیء شہید انہاں دا اے عقیدہ سی اساں اس اللہ پاک نال ایمان لایا ہے جڑا اللہ زبردست العزیز کون ہے زبردست نبیاں دیاں طاقتاں تلے ولیاں دیاں طاقتاں تلے اپنے دیاں طاقتاں تلے میرا اللہ کون زبر زبر دمانا اتے دست دمانا ہاتھ اللہ فرماندا ہے انہاں دا ایو قصور آئی کے آدیاں او تواڈے پیراں دے ہاتھ وی تلے ٹنڈے منڈے رہ ویندے نبیاں دے ہاتھ وی تلے ہلدے رہ جاندے مگر اللہ دا ہاتھ ایڈا اونچا ہے کہ اتھے کسے پیر فقیر دا ہاتھ پہنچ سکدا کوئی العزیز زبردست آکھو زبردست ساڈا اللہ شاہ زور ساڈا مالک شاہ زور
तुहाडे दाते निरे कमजोर जबरदस्त साडा मालिक जिहड़ा है उसदे हाथ दे अंदर निरी बका जिन्हां दी तुसां सोरो पुकार करो ओ हो गए सारे फना हो गए सारे फना साडा मालिक जबरदस्त तुहाडे दाते जबरदस्त भावे जी तुसी ते कहंदे हो हजरत साहिब दी मुठ जिहड़ी है अल्लाह दे खजाने विच अल्लाह फरमांदा फिटे मुंह तेरा झूठा जहान दा लानतिया अल्लाह दे खजाने एडे उच्चे के किसे फरिश्ते दा हाथ भी उत्ते नहीं पहुंचदा क्यों अल्लाह जबरदस्त एडे उच्चियां ताकतां अल्लाह दियां के पीर रोंदे रोंदे मर ते सकदे पर अल्लाह दे खजाने च किसे दी चीची भी नहीं पहुंच सकदी उन्हें कसूर यो कीता ईमानदारा उन्हें आख्या असा ते अल्लाह पाक नू इंज करके मनना अजीज भी हो मली हमीद भी हो मलीक ते मालिक भी हो वल्लाहु अला कुल्ले शयइन शहीद साडा कीता है हर छोटी बड़ी कायनात दे जर्रे ते हर जगह ते मौजूद ते हाजिर ते कौन उन्हां के हूं जेकर इन्हें गल है ता असा तुहानू इत्थे दुनिया ते रहण देना कोई नहीं टुकुर ना खासो साडे पीरां दे पल्ले काशा छोड़ी कोई नहीं असा ते कहने आ ये जिहड़े कबरां वाले हजरात हैं असा ते घरों ही टुरिए ते उन्हां नूं पता लग जांदा है करंट लगा खलाउंदा जिवें पानी नूं हरकत दिओ ते दूए पासे तुड़ी लहर चलदी है असा घरों भी चलीए ते उन्हां नूं पता चल जांदा है असा सड़िए ते उह जी करके जवाब दिंदे ते तुसां ते इह आखदे हो वल्लाहु अला कुल्ल शयइन शहीद हर चीज दी हालत नूं जानण वाला कौन ए सौदा सानू पुजदा नहीं ओ जल्दी करो मियां टूए खट्टो खाइयां खोदो मैं बहुत बड़ियां खंदकां बनाओ दुनिया दियां लकड़ियां कट्ठियां करके विच ठींडा बालो विच मियां फड़काओ फांबड़ ते हिक हिक करके इन्हां नूं विच जलाओ ताकि इन्हां नूं पता लगे अल्लाह नाल ईमान किवें लाईदा है शुक्र करो तुहाडे नाल ए हाल था सिर भी वादे नहीं है पुले ए बाबा एस पी जी साढ़े पल्ले कोई शह नहीं ए बादशाह इत्थे तो बिल्कुल कोई शह नहीं रहनी जे बादशाह ला हौल वला कुव्वत के मतलब कुरान पाक जे इत्थे पढ़िया गया तो साढ़े पल्ले कोई शह नहीं अच्छा उन्हें ठींडे फड़काए फांबड़ फड़काए अग बाली जोर शोर दी अग बाली सारे लोगां मिसकीना मजलूमां नूं कट्ठा कीता विच लियावन ते चा चा के उन्हां नूं आखन छड्डोगे अपना ईमान के कोई ना ओ आखन जी नहीं मारन चा के त्रेंगल खत्तन ते विच सट्टन खाइयां दे पटाखे छुट्टे बड़े बड़े लोग बड़े बड़े इक्तिदार वाले लोग कुर्सियां ते बैठ के ओ तमाशे पे देखन के वेखिए किवें पटाखे उठदे ने इन्हां लोगां दे जिहड़े आदन आमन्ना बिल्लाह असां मन्निया किस नूं अल्लाह पाक नूं इत्तेफाकी उन्हां सोचिया इंज यार कम नहीं बनदा हिक लियाओ ऐसी औरत ये दी छाती ते मासूम बच्चा दुध पीण वाला होवे उसनू आके धमकी दे के आखो जे तू अपनी गल ते पीड़ी ते पक्की रह गई हो ता असा तेरा बच्चा इस जहन्नम दुखदी दे विच सट देवना है चंगी गल या अपने इस ईमान दे दावे नू छड़ दे ताके तेरी जान भी बच जावे ते नाल नाल तेरा ए मासूम जवान भी बच जावे लियाए गए औरत नू लिहाता अद आके खड़ा कीता उस चिखा दे दहाने दे उते आके आखन लगे हुण दस की करना है ओ आखन लगी के आखना है ते के करना है आखे साडा हुक्म है छड़ दियो दावा ए छड़ दियो ईमान दा दावा ए मजहब इत्थे नहीं चल सकदा इस मजहब दा ते तकाजा ए है कि दूए सारे मजहब कूड़े ने इक तुहाडा मजहब सच्चा है ए इहो जिहा मजहब असां दुनिया ते नहीं रहण देंदे
औरत कहती है जे तुहानू ये पुजदा नहीं ता तुहाडे ना पुजण दी वजह तो साडे कोलों ये छुट सकदा नहीं। ओ बड़े जोर शोर दे नाल कहन लगे ख्याल कर जे तू साडे आखे ते ना लगियो तेरा मासूम बच्चा छाती ते गट गट करके दुध पींदा खोह के ते असां विच छीन के ते विच इस चीखा दे पा देना है। एक वारी भी आख्या दूई वारी भी आख्या त्राए वारी भी आख्या चौथी वारी औरत नू आख्या दस जवाब दे। ओ आखन लगी रो के मैं इस वास्ते खामोश रही हां तुसा कितने बद दिमाग ते उल्लू दे चरखे हो ओ ना मुरादो मैनू पुत्र दियां धमकियां देंदे हो किस दियां पुत्रा दियां धमकियां देंदे हो हुण ते मेरे वस दा मामला नहीं पुत्र ते मेरा अंदरों बाहर आया है ते ईमान बाहरों अंदर गया है बाहर वाले नूं ते कुर्बान कर सकनी आ पर अंदर वाले ते धब्बे नहीं आण दे मां न कमू मैनू हो इल्ला यूमिनू बिल्ला अल्लाह पाक नाल ईमान बाहरों ईमान मेरे अंदर आया है पुत्र मेरा अंदरों बाहर आया है जिहड़ा बाहर आ गया है लख जवान भी कुर्बान कर देवा ते मेरी एक पिपणी भी कोसी नहीं आउंदी सारा जग पुत्रां दा बन जावे इन्हां नूं यके बाद दी गरे कोहाई जावा ए ते हो सकदा है मगर अपने ईमान दे उत्ते कोई दाग लगण देवा ए मैं गरीबनी औरत कोलों नहीं हो सकदा। कितिया जालमा ने पहले दिन को लूं के ईमान दिया आवाजा नू दबा दिता जाए सारा कुछ कीता पर अल्लाह पाक फरमांदा है जे तुड़ी बंदा अपने ईमान दे नाल अपना गाठा ते निजाम पैदा करे भार उस तू चौ जांदा है ते जे उस को लूं मामला उचेरा होवन लगे ते मैं भी नाल रल के चवा दे नाल किवें रलना मासूम बच्चे नू उन्होंने झुटका मारिया मारिया झुटका झुटका मार के उन्होंने चीखा दे अंदर सट दिता अल्लाह ते तुहानू पता है दोस्तो मां हर मुसीबत बर्दाश्त कर लैंदी है पर अपने मासूम बच्चे दियां जुदाइयां बर्दाश्त नहीं होंदियां 32-18 कदे भी नहीं है राय ते जाए राय गान कर सकदी मां सारियां मुसीबतां ते बर्दाश्त कर लैंदी है मगर अपने बेटे दियां जुदाइयां फिर जुदाई भी ओदी ओदी अखी दे सामने अग दे अंदर सटिया जावे ए किवें बर्दाश्त करे। मूसा अलैहि सलाम दी अम्मा नूं अल्लाह पाक ने आप आख्या ए अपने पुत्र नूं संदूक विच पा दे ओ आखण लगी अल्लाह अल्लाह पाक फरमाया इन्ना रादू इलैके वजाइलू मिनल मुरसलीन मेरा वादा रहा मूसा दी अमड़ी मैं तेनू तेरा पुत्र वापस भी हटा के देंगा हुण ते तेरा बच्चा है ये मैं लै रहा तेनू वापस भी ये मोड़ के देंगा ते दुआ वा संदूक विच पा के अगा दरिया दी नजर कराण वास्ते दिता अल्लाह पाक फरमांदा है हालांकि मैं ते उसनू आख्या भी है सी के तू इंज चा कर ते ये भी ना आख्या कि मेरा वादा है मैं बचा लवांगा मगर फिर भी जेड़े वेले अपनी छाती तू मासूम बच्चा जुदा करन लगी ता अल्लाह फरमांदा है अर्रबतना अला कलबिहा लितकूना मिनल मुकनी मैं अपनी रहमत दी मुठ विच ओदा दिल पकड़ खला ते उस वेले जेकर मैं ओदी दिल नूं थाम के ना रखदा तां भावें मैं वादे भी कीते हन तां वी कलेजे दा बंद बंद फट जांदा। मूसा दी मां एडी औखी जुदाई हुंदी है मां नूं अपने मासूम बच्चे कोलों करन दी इस मां नूं वी अल्लाह ने वादा भी कोई नहीं दिता अल्लाह पाक नाल गल्लां भी नहीं होईयां इक आम जिही औरत ते माई है ईमान दी दौलत नसीब हो गई है ओह कहिंदे हन तेरा पुत्तर असां झुटका मार के खिंच लिया है हुण चंद मिंटां दे बाद इहदे पटाखे जहन्नम दी अग दे अंदर ए जिहड़ी असां तैयार कीती है चिखा वाली ते खाइयां वाली अग मां कहदी है चंगा जिवें मर्जी आवे कर लो मैं अपने हत्थे आखो ते सट देनी आ अपने हत्थे अपना पुत्र तां दे देंगी मगर ईमान दा कतरा भी देण वास्ते तैयार
ਉਹਨਾਂ ਪਿੱਛੋਂ ਆਖਿਆ ਲੱਲੂ ਹੋਰਾ ਹਮੂ ਸੰਮੂ ਹੋਰੀ ਜੀ ਕਰੋ ਨਾ ਜੀ ਕੁਛ ਤਦਾਰ ਰੱਖ ਜੀ ਉਹ ਜੀ ਆਉਂਦਾ ਪਿਆ ਸਾਡੇ ਪੱਲੇ ਤਾਂ ਕਸ਼ ਹੈ ਬਾਦਸ਼ਾਹ ਇੰਨੇ ਇਸਨੇ ਤ੍ਰੇੜ ਬਣਾਈ ਹੋਈ ਏ ਇੰਨੇ ਚਾਕ ਬਣਾਈ ਹੋਈ ਏ ਅਜੇ ਉਹਨੂੰ ਪਤਾ ਹੈ ਕਿ ਮੇਰੇ ਪੁੱਤਰ ਨੂੰ ਵਿੱਚ ਸੱਟਦਾ ਕੋਈ ਨਹੀਂ ਜੇ ਉਹਨੂੰ ਯਕੀਨ ਹੋ ਗਿਆ ਤਾਂ ਯਕੀਨਾ ਨਕਸੀ ਤੁਬ ਤੋ ਇਲੱਲਾ ਮੈਂ ਤੌਬਾ ਕਰਨੀ ਆ ਅੱਲਾ ਦੇ ਸਾਹਮਣੇ ਕਿ ਮੈਂ ਇਹੋ ਜਿਹਾ ਮਜ਼ਹਬ ਅੱਗਾ ਤੇ ਨਹੀਂ ਰੱਖ ਤੁਸੀਂ ਬਾਦਸ਼ਾਹ ਸੱਟੋ ਨਾ ਦੇਰ ਕਿਉਂ ਕਰੇਂਗੇ ਅੱਲਾ ਫਰਮਾਂਦਾ ਮੈਨੂੰ ਪਤਾ ਇਹ ਗਠੜੀ ਇਸ ਮਾਈ ਕੋਲੋਂ ਨਹੀਂ ਚਵਣੀ ਤੇ ਅੱਲਾ ਫਰਮਾਂਦਾ ਜੇ ਇਮਾਨਦਾਰ ਪੱਕਾ ਰਹਿ ਜਾਵੇ ਜਦੋਂ ਥੱਕ ਜਾਵੇ ਮੈਂ ਨਾਲ ਰਲ ਕੇ ਚਵਾ ਦੇਣਾ ਉਸਨੂੰ ਤਸੱਲੀ ਦੇ ਦੇਣਾ ਜੇ ਤੈਥੋਂ ਨਹੀਂ ਹੋ ਸਕਦਾ ਤੇ ਮੈਨੂੰ ਤੇ ਕਿਤੋਂ ਇਮਦਾਦ ਨਹੀਂ ਮੰਗਣੀ ਪੈਂਦੀ ਤੂੰ ਤੇ ਹੀਣਾ ਹੋਇਓ ਮੈਨੂੰ ਤੇ ਕਿਸੇ ਦੇ ਅੱਗੇ ਹੱਥ ਨਹੀਂ ਬੰਨਣੇ ਪੈਂਦੇ ਮਾਸੂਮ ਬੱਚੇ ਨੂੰ ਉਹਨਾਂ ਨੇ ਸੱਟ ਦਿੱਤਾ ਵਿੱਚ ਗਿਆ ਚਿਖਾ ਦੇ ਅੰਦਰ ਕਰੀਬ ਕਿ ਮਾਂ ਦਾ ਕਲੇਜਾ ਫਟ ਜਾਵੇ ਮਗਰ ਅੰਦਰੋਂ ਜਵਾਬ ਆਇਆ ਅੱਲਾ ਚਿਖਾ ਵਿੱਚੋਂ ਜਵਾਬ ਆਇਆ ਤੂੰ ਦਰਾ ਮਾਦਰ ਕਿ ਇਨਾ ਰਸਤ ਗੁਲਜ਼ਾਰ ਖਲੀਲ ਤੂੰ ਦਰਾ ਮਾਦਰ ਕਿ ਇਨਾ ਰਸਤ ਗੁਲਜ਼ਾਰ ਖਲੀਲ ਮਿੰਨਤੋ ਇਹਸਾਨ ਬਰਮਾ ਕਰਦਿਆਂ ਰੱਬੇ ਜਲੀਲ ਇਹ ਮੇਰੀ ਅੰਮਾ ਇਹਨਾਂ ਸਮਝੇ ਕਿ ਅੱਗੇ ਹੀ ਬਾਹਰੋਂ ਅੱਗ ਬਲਦੀ ਪਈ ਹੋਈ ਤੇ ਵਿੱਚ ਇਬਰਾਹੀਮ ਅਲੈ ਇਸਲਾਮ ਦੀ ਮੁਹੱਬਤ ਦੀਆਂ ਠਾਠਾਂ ਪਈਆਂ ਵੱਜਦੀਆਂ ਨੇ ਜਲਦੀ ਆ ਰਸਤ ਗੁਲਜ਼ਾਰ ਖਲੀਲ ਮੈਨੂੰ ਜ਼ਾਲਮਾਂ ਨੇ ਥੱਕਾ ਦੇ ਦਿੱਤਾ ਚਿਖੇ ਵਿੱਚ ਇੰਜ ਨਾ ਸਮਝੀ ਕਿ ਮੈਂ ਸੜ ਗਿਆ ਕੋਈ ਨਾ ਮਤਾ ਦਿਲ ਦੀ ਫਿਫਰੀ ਤੇਰੀ ਕਹਾਣੀ ਕੁੱਕੀ ਹੋਵੇ ਪਈ ਮਤਾ ਈਮਾਨ ਛੱਡੇ ਪਈ ਅੱਲਾ ਨੇ ਤੇਰੇ ਈਮਾਨ ਦਾ ਦਵਾ ਕਰ ਦਿੱਤਾ ਹੈ ਇਸ ਵਾਸਤੇ ਜਲਦੀ ਆ ਛਲਾਂਗ ਜਲਦੀ ਲਗਾ ਮੈਨੂੰ ਪਿਆਸ ਭੁੱਖ ਲੱਗੀ ਏ ਦੁੱਧ ਦੀ ਇੰਤਜ਼ਾਰ ਕਰ ਰਿਹਾ ਤੂੰ ਦਰਾ ਮਾਦਰ ਕਿ ਈਨਾ ਰਸਤ ਗੁਲਜ਼ਾਰ ਖਲੀਲ ਮਿੰਨਤੋ ਇਹਸਾਨ ਬਰਮਾ ਕਰਦਾ ਰੱਬੇ ਜਲੀਲ ਅੱਲਾ ਪਾਕ ਨੇ ਬਹੁਤ ਬੜਾ ਇਹਸਾਨ ਕੀਤਾ ਈ ਮੈਨੂੰ ਤੇ ਉਹਨਾਂ ਅੱਗ ਵਿੱਚ ਧੱਕਾ ਦਿੱਤਾ ਹੈ ਜੇ ਮੈਂ ਅੰਦਰ ਆਇਆ ਤਾਂ ਸਰ ਸਭ ਤੋਂ ਸ਼ਾਦਾਬ ਬੂਟੀਆਂ ਦਾ ਘਣਾ ਬਾਗ ਮੇਰੇ ਮੱਥੇ 'ਚ ਲੱਗਾ ਅੱਲਾ ਅੱਲਾ ਪਾਕ ਨੇ ਗੁਰ ਬਿਆਨ ਕੀਤਾ ਹੈ ਕਿ ਬੰਦਾ ਜਦੋਂ ਪੱਕਾ ਤੇ ਪੀਦਾ ਹੋ ਵੰਜੇ ਅੱਲਾ ਦੀ ਕਿਤਾਬ ਨੂੰ ਨਾ ਛੱਡੇ ਆਪਣੇ ਮਜ਼ਹਬ ਨੂੰ ਨਾ ਛੱਡੇ ਭਾਵੇਂ ਦੁਨੀਆ ਮੁਖਾਲਫਤ ਪਈ ਕਰੇ ਕਿਸੇ ਦੇ ਰਾਜ਼ੀ ਕਰਨ ਦਾ ਇਰਾਦਾ ਨਹੀਂ ਕਿਸੇ ਦੇ ਦੁਖਾਵਣ ਦਾ ਇਰਾਦਾ ਨਹੀਂ ਕਿਸੇ ਪਾਰਟੀ ਦੀ ਦਿਲ ਅਜ਼ਾਰ ਇਰਾਦਾ ਨਹੀਂ ਇਰਾਦਾ ਇਹ ਹੈ ਕਿ ਮੈਂ ਇਹੋ ਮਜ਼ਹਬ ਰੱਖਣਾ ਤਾਂ ਕਿ ਮੇਰਾ ਅੱਲਾ ਨਾਰਾਜ਼ ਨਾ ਹੋ ਜਾਵੇ ਆਪਣੇ ਮਾਲਕ ਨੂੰ ਰਾਜ਼ੀ ਕਰਨ ਦੀ ਖਾਤਰ ਮਾਲਕ ਦੀ ਕਿਤਾਬ 'ਤੇ ਅਮਲ ਕਰਨਾ ਆਪਣੀ ਜ਼ਿੰਦਗੀ ਦਾ ਵਤੀਰਾ ਬਣਾ ਲਵੇ ਤੇ ਜੇ ਸਾਰੀ ਦੁਨੀਆ ਦੇ ਪਹਾੜ ਵੀ ਮੁਸੀਬਤਾਂ ਦੇ ਠਾਏ ਪਏ ਅੱਲਾ ਫਰਮਾਉਂਦਾ ਉਹ ਕਮਲਿਆ ਜੇ ਤੈਥੋਂ ਨਾ ਚਾ ਸਕਿਓ ਤੇ ਮੈਂ ਰਲ ਕੇ ਚਵਾ ਦਿਆਂ ਮੈਂ ਆਪ ਤੇਰੇ ਨਾਲ ਰਲ ਕੇ ਚੁਕਵਾ ਦਿਆਂਗਾ ਅੱਲਾ ਜੇ ਫੌਜ ਮੁਹੰਮਦ ਰਸੂਲullah ਦੀ ਥੋੜੀ ਏ 313 ਉਦੋਂ ਕਈ ਹਜ਼ਾਰ ਸਹਾਬੀ ਵੀ ਕਹਿੰਦੇ ਨੇ ਰਸੂਲ ਪਾਕ ਵੀ ਆਪਣੇ ਅੱਲਾ ਨੂੰ ਆਦਾ ਅੱਲਾ ਪਾਕ ਇਹ ਜੋੜ ਤੇ ਕੋਈ ਨਹੀਂ ਉਦੋਂ 13,000 ਦੀ ਤਾਦਾਦ ਇੱਕ ਰਿਵਾਇਤ ਦੇ ਮੁਤਾਬਿਕ ਇਦੋਂ 313 ਹੈ ਅੱਲਾ ਪਾਕ ਆ ਇਲਾ ਤੋਬਦ ਇਨ ਤੋਲਕ ਹਾਜ਼ਿਲ ਇਸਾਬਤੁਨ ਕਲੀਲਤੁਨ ਲਮ ਤੋਬਦ ਫਿਲ ਅਰਜ਼ੇ ਬਾਦਲ ਯੂਮ ਅੱਲਾ ਸਈਆਂ ਇਹ ਮੇਰੀ 313 ਦੀ ਜਮਾਤ ਮੁੱਠੀ ਪਰ ਜਮਾਤ ਹੀ ਕਲੀਲ ਅਸਾਂ ਹੈ ਸਾਨੂੰ ਨਾ ਕਰ ਦੁਨੀਆ ਤੇ ਜ਼ਲੀਲ ਤੂੰ ਸਾਡਾ ਦਲੀਲ ਸੁਣ ਲੈ ਅਪੀਲ ਤੂੰ ਸਾਡਾ ਰੱਬੇ ਜਲੀਲ ਇਹ ਜੇਕਰ ਥੋੜੇ ਜਿਹੇ ਮੁੱਠੀ ਪਰ ਵੀ ਜੇਕਰ ਅੱਜ ਹਲਾਕ ਹੋ ਗਏ ਤਾਂ ਕਿਆਮਤ ਤੋੜੀ ਤੇਰਾ ਨਾਂ ਦੁਨੀਆ ਤੇ ਕਿਸੇ ਨੇ ਲੈਣਾ ਇਹ ਤੇਨ ਜਿਹੜੇ ਤੇਰੇ ਪਿੱਛੇ ਸੱਟਾਂ ਖਾਂਦੇ ਨੇ ਇਹ ਤੇਨ ਜਿਹੜੇ ਤੇਰੇ ਪਿੱਛੇ ਪਾਬੰਦੀਆਂ ਚਲੇਂਦੇ ਨੇ ਇਹ ਤੇਨ ਜਿਹੜੇ ਤੇਰੇ ਪਿੱਛੇ ਭੁੱਖਾਂ ਬਰਦਾਸ਼ਤ ਕਰੇਂਦੇ ਨੇ ਇਹ ਤੇਨ ਅੱਲਾ ਭੇਜਾਏ ਹਜ਼ਾਰਾਂ ਦੀ ਨਫਰੀਨਾਂ ਦੇ ਮੁਕਾਬਲੇ 'ਚ ਆ ਗਈਏ ਕੋਈ ਇੰਤਜ਼ਾਮ ਕਰ ਅਬੂ ਬਕਰ ਸਿੱਦੀਕ ਆਂਦਾ ਹੈ ਮੋਢਾ ਫੜ ਕੇ ਆਂਦਾ ਹੈ ਕਦ ਅੱਲਾ ਤਾਲਾ ਰੱਬੇ ਕਾ ਯਾ ਰਸੂਲ ਅੱਲਾ ਇਨ ਅੱਲਾ ਲਾ ਯੁਖਜ਼ੀ ਕਾ ਅਬਦਾ ਇਹ ਮੇਰੇ ਮੁਹੰਮਦ ਰਸੂਲ ਅੱਲਾ ਅੱਜ ਤਾਂ
ਵੱਡੀਆਂ ਜੇ ਜੜੀਆਂ ਪਿਆ ਕਰੇ ਨਾ ਆਪਣੇ ਯਾਰ ਨੂੰ ਅੱਜ ਤੇ ਅੱਲਾ ਦੇ ਸਾਹਮਣੇ ਬੜੀਆਂ ਪੇਸ਼ ਕਰ ਰਿਹਾ ਹੈ ਅੱਜ ਤੇ ਵੱਡਾ ਦੁੱਖਿਆ ਪਿਆ ਜਿਵੇਂ ਦੁੱਖੜੇ ਆਪਣੇ ਸੁਣਾਵੇ ਕੋਈ ਗੋਲ ਗੋਲ ਕੇ ਆਪਣੇ ਯਾਰਾਂ ਨੂੰ ਅੱਜ ਤੇ ਵੱਡੀਆਂ ਦੁੱਖੜੀਆਂ ਦੀਆਂ ਗੱਲਾਂ ਪਿਆ ਕਰਨਾ ਉਸ ਮੁਹੰਮਦ ਰਸੂਲਲਾ ਸਾਡਾ ਤੇ ਇਮਾਨ ਹੈ ਅੱਲਾ ਪਾਕ ਤੈਨੂੰ ਸ਼ਰਮਸਾਰ ਨਹੀਂ ਕਰਨਾ ਨਬੀ ਪਾਕ ਉੱਠੇ ਨਬੀ ਪਾਕ ਉੱਠ ਕੇ ਮੁਸਕਰਾ ਪਏ ਅਬੂ ਬਕਰ ਸਿੱਦੀਕ ਦੀ ਦਾੜੀ ਤੇ ਹੱਥ ਰੱਖ ਕੇ ਮੱਥੇ ਤੇ ਬੋਸਾ ਵੀ ਲਿਆ ਇਬਨ ਸਾਹਬ ਦੀ ਰਿਵਾਇਤ ਦੇ ਮੁਤਾਬਕ ਅੱਲਾ ਦੇ ਪਾਕ ਪੈਗੰਬਰ ਫਰਮਾਇਆ ਉਹ ਸਿੱਦੀਕ ਤੇਰੀ मकाम जितना है मैं मुहम्मद के नजदीक उते बड़ा पता है ए मियां तू मैनू आख्या के बड़िया जेजड़ियां ते जारियां कर रहे हैं अल्लाह पाक दे अगे जारियां ते मैं ताही कर रहा कि वह मोहताज जो किसी का ना हो ਹਸਦਿਆਂ ਰਵਾ ਦੇਵੇ ਤੇ ਪੁੱਛਣ ਵਾਲਾ ਜਮਿਆ ਹੀ ਕੋਈ ਨਹੀਂ ਮੈਂ ਜੇ ਭਾਵੇਂ ਲੱਖਾਂ ਵੀ ਹੋ ਜਾਵੇ ਉਸਦਾ ਇਰਾਦਾ ਜੇ ਹੋ ਜਾਵੇ ਸਾਨੂੰ ਮਾਰ ਦੀਵਾਵਣ ਤੇ ਕੋਈ ਡੱਕੀ ਦੇਣ ਵਾਲਾ ਕੋਈ ਨਹੀਂ ਜ਼ਾਰੀਆਂ ਤਹੀਂ ਪਿਆ ਕਰਨਾ ਕਿ ਬੇਪਰਵਾਹ ਮੌਲਾ अपनी बेपरवाही तो कम ना लवी जेकर बेपरवाहियां कीतियों नहीं ते फिर तेरे अगे ते निक्का वड्डा हर कोई को जी आउंदा है अल्लाह सईया मेहरबानी कर ते बाकी रह गई गल अल्लाह पाक नू भी पता है कि मैं काफिर दे मुकाबले अंदर मोमिन नू जलील नहीं करना पर मैं ते मिन्ता ताही कीतियां सिद्दीक अल्लाह पाक दी बेपरवाही दे दरबार लाइजाल विच ते जिहड़ा तू मेरा मोढ़ा फट के आख्या है मैं उधार किसे ते नहीं करदा तिलका बे तिलका गार विच तू है ते तू मैं तैनू तसल्ली दित्ती आई ते जे अज मैं इत्थे रुन्ना ता तू मैनू तसल्ली दित्ती है विड़ झिड़ हो गई अंदर मैं तसल्ली दित्ती ते बाहर तू तसल्ली दित्ती तिलका बे तिलका ए विड़ झिड़ हो गई जे तू मैं तैनू इत्थे तसल्ली दित्ती आई ते तू मैनू इत्थे तसल्ली दित्ती जिवें कुरान पाक ते मुहम्मद रसूलुल्लाह दा करंट ते ताल्लुक ਟੁੱਟਣ ਦਾ ਨਹੀਂ ਇੰਨੀ ਅੱਲਾ ਪਾਕ ਨੇ ਮੌਕਾ ਬ ਮੌਕਾ ਸਿੱਦੀਕ ਤੇ ਮੁਹੰਮਦ ਰਸੂਲਲਾ ਦਾ ਕਰੰਟ ਵੀ ਜੋੜੀ ਰੱਖਿਆ ਹੈ ਤਾਂ ਕਿ ਜਿਵੇਂ ਕੁਰਾਨ ਤੇ ਮੁਹੰਮਦ ਦਾ ਰਿਸ਼ਤਾ ਅਟੁੱਟ ਟੰਗੇ ਇੰਨੇ ਅਬੂ ਬਕਰ ਸਿੱਦੀਕ ਤੇ ਮੁਹੰਮਦ ਦਾ ਤਾਲੁਕ ਵੀ ਅਨਮਿਟ ਤਾਲੁਕ ਹੈ ਬਹਰਹਾਲ ਅੱਲਾ ਦੇ ਪਾਕ ਪੈਗੰਬਰ ਉੱਥੇ ਦੁਆ ਮੰਗੀ ਤੇ ਜਿਹੜੇ ਲੜਾਈ ਸ਼ੁਰੂ ਹੋਈ ਸਹਾਬਾ ਕਿਰਾਮ ਲੜਨ ਸ਼ੁਰੂ ਹੋਏ ਅੱਲਾ ਪਾਕ ਕੇ ਕੀਤਾ ਉਦੋਂ ਲੜਾਈ ਸ਼ੁਰੂ ਪਈ ਹੁੰਦੀ ਏ ਅੱਲਾ ਪਾਕ ਫਰਮਾਉਂਦਾ ਮੇਰੇ ਪੈਗੰਬਰ ਕਿਤਨੇ ਚਾਹੀਦੇ ਨੀ ਫੌਜੀ ਮੇਰੇ ਕਿਤਨੇ ਹਜ਼ਾਰ ਚਾਹੀਦਾ ਈ ਤਰੇ ਹਜ਼ਾਰ ਚਾਹੀਦੇ ਨੀ ਉਹ ਸੋਹਣਿਆ ਜਗ ਕੁਰਬਾਨ ਕਰਾਂ ਤੇਰੇ ਮੁਖੜੇ ਤੂੰ ਮੇਰਾ ਮੁਹੰਮਦ ਮੈਂ ਤੈਨੂੰ 5000 ਦੇ ਦੇਣਾ ਰਾਜ਼ੀ ਹੋ ਜਿਤਨੇ ਮੰਗਣਾ ਚਾਹਨਾ ਮੈਂ ਦੇ ਦੇਣਾ ਤੇਰੇ ਫੌਜੀ ਥੋੜੇ ਮੈਨੂੰ ਤੇ ਕਿਦੂ ਮੰਗਣੇ ਨਹੀਂ ਪਾਉਂਦੇ ਜ਼ਮੀਨ ਦੇ ਫੌਜੀਆਂ ਦੀ ਕਮੀ ਹੈ ਤੇ ਮੈਂ ਆਸਮਾਨ ਤੋਂ ਫੌਜੀ ਬਿੱਲੇ ਲਾ ਕੇ ਫੌਜ ਭੇਜ ਦਿਆਂ ਜੇ ਤੁਹਾਥੋਂ ਗੱਠੜੀ ਨਾ ਚਵੀ ਤਾਂ ਮੈਂ ਰਲ ਕੇ ਚਵਾ ਦਿਆਂਗਾ ਇੱਕ ਸ਼ਰਤ ਇਤਾ ਬੇ ਮਾਯੂਹਾ ਇਲਈਕ ਉਤਲੋ ਮਾ ਉਹੀਆ ਇਲਈਕਾ ਮਿਨਲ ਕਿਤਾ ਉਤਲੋ ਪਿੱਛੋਂ ਪਿੱਛੋਂ ਟੁਰਦਾ ਵਨ ਅੱਗੋਂ ਕੁਰਾਨ ਨੂੰ ਰੱਖ ਲੈ ਤੇ ਪਿੱਛੋਂ ਜਵਾਨ ਹੋਵੇ ਕੁਰਾਨ ਅੱਗੋਂ ਹੋਵੇ ਅੱਗੇ ਰਹਿਮਾਨ ਦਾ ਮਕਾਮ ਏ ਉਹ ਮੁਹੰਮਦ ਰਸੂਲਾ ਤੇਰੇ ਅੱਗੇ ਕੁਰਾਨ ਹੋਵੇ ਤੂੰ ਪਿੱਛੇ ਹੋਵੇ ਜਹਾਨ ਤਾਂ ਆਬਾਦ ਹੁੰਦਾ ਹੈ ਕਿ ਮਕਸਦ ਹੋਵੇ ਰਹਿਮਾਨ ਮਕਸਦ ਹੋਵੇ ਤੇ ਪੇਸ਼ਵਾ ਹੋਵੇ ਕੁਰਾਨ ਪਿੱਛੋਂ ਹੋਵੇ ਮੇਰਾ ਮੁਹੰਮਦ ਜਵਾਨ ਉਹਦੇ ਪਿੱਛੋਂ ਹੋਵੇ ਸਾਰਾ ਜਹਾਨ ਤੇ ਆਬਾਦ ਹੋ ਜਾਏਗਾ ਇਮਾਨ ਇਹ ਮੇਰਾ ਪਾਕ ਪੈਗੰਬਰ ਉਤਲੋ ਮਾ ਉਹੀਆ ਇਲਈਕਾ ਮਿਨਲ ਕਿਤਾਬ ਜਿਵੇਂ ਇੱਕ ਕਲਮਾ ਦੂਏ ਦੇ ਪਿੱਛੋਂ ਟੁਰਦਾ ਤੇ ਤਿਲਾਵਤ ਬਣ ਜਾਂਦੀ ਏ ਤਲਾਯਤ ਨੂੰ ਤਿਲਾਵਤਨ ਤਲਵਨ ਵਤਿਲਵਨ ਤਿਲਵਦਵਾਨਾ ਇੱਕ ਦੂਏ ਦੇ ਪਿੱਛੂ ਟੁਰਨਾ ਅੱਲਾਹ ਪਾਕ ਫਰਮਾਂਦਾ ਹੈ ਜਿਵੇਂ ਇੱਕ ਕਲਮਾ ਅੱਗੋਂ ਪੜਿਆ ਜਾਵੇ ਤੇ ਦੂਸਰਾ ਪਿੱਛੋਂ ਇਹ ਤਿਲਾਵਤ ਬਣ ਜਾਂਦੀ ਏ ਤਿਲਾਵਤ ਤਾਂ ਬਣਦੀ ਏ ਜੇ ਕਲਮਾ ਇੱਕ ਅੱਗੇ ਹੋਵੇ ਤੇ ਦੂਆ ਪਿੱਛੇ ਹੋਵੇ ਇਹ ਮੇਰਾ ਪੈਗੰਬਰ ਤੇਰੀ ਰਿਸਾਲਤ ਵੀ ਤਾਂ ਬਣਸੀ ਤੇਰੀ ਇਮਾਮਤ ਵੀ ਤਾਂ ਬਣਸੀ ਜੇ ਅੱਗੇ ਕੁਰਾਨ ਪਾਕ ਹੋਵੇ ਤੇ ਪਿੱਛੇ ਤੂੰ ਟੁਰਦਾ ਵੰਨੇ ਤੁਸੀਂ ਕੁਰਾਨ ਪਾਕ ਨੂੰ ਨਾ ਛੋੜੋ ਜਿਹੜਾ ਮਜ਼ਹਬ ਕੁਰਾਨ ਪਾਕ ਨੇ ਤੁਹਾਨੂੰ ਦਿੱਤਾ ਏ ਉਹ ਛੋੜੋ ਤੁਸੀਂ ਨਹੀਂ ਜੇ ਜਵਾਨਾਂ ਦੀ ਕਮੀ ਹੋਈ ਤਾਂ ਅੱਲਾ ਪਾਕ ਫਰਮਾਉਂਦਾ ਹੈ ਮੇਰੇ ਮਹਿਮਾਨਾਂ ਦੀ ਤਾਂ ਕਮੀ ਕੋਈ ਨਹੀਂ ਹੋਣੀ ਸਾਹਬਾ ਇਕਰਾਮ ਜੰਗ ਦੇ ਦੌਰਾਨ ਵਿੱਚ ਜਿਹੜੇ ਲੜਾਈ ਸ਼ੁਰੂ ਕਰ ਦੇਣ ਜਿਹੜਾ
सहाबी भज के अगले मुशरे कबर चट नू मारन लगता है, ओदी कन्नी अगे लह बंदी है, दूए नू आदा यार हो वेखो, आदा उसको तो सुन, चुप 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 चुप, ओ जिन्हां नू पता हो आखन चुप चुप जेड़े नू भज के मारन लगे तके ना के ओ वेंदा पिया जड़ा यारियां देंदा सूर, ओ वेंदा पिया जड़ा सणका ते कुंडे पकाइंदा गैरां दे नां दे, ओ वेंदा पिया जड़ा मेले ते जड़े रजबियां ते रबियां दे उत्ते जड़ा पैगंबरां दे नां दे झूठे कौल कटोरे तैयार करदा, इबलियां नू मारो, मारन लगे तुना दियां सिरड़ियां अगे उड पईयां होवन, अल्लाह दे पाक पैगंबर फरमाया चुप करके लड़दे रहा है, अल्लाह दी अपनी स्पेशल फौज आवनी है, तुसा सिर्फ हरकत करनी है ते तलवारां उन्हां दियां चलणियां ते काफर जंग खत्म हुई, विचो किना काफरां नू मुसलमान इस्लाम भी नसीब हो गया। एक काफिर अपने पुत्र नू कहन लगा शुक्र है पुत्रा मैनू इस्लाम अल्लाह पाक दे दिता ते तू भी बच गयो, वरना जदों लड़ाई होई आई मैं काफरां दे लश्कर विच आ त्राए वारी मेरी पेल हेठ तू आया है, पर मैं यो समझ के तैनू बचा दिता, चलो फिटा होवे पुत्र ता हे मेरा इस वास्ते मैं छड़ दिता, वरना त्राए वारी मेरी पेल हेठ आया है। पुत्र को हस के आखन लगा शुक्र है बाबा जेड़ी गल तू खला करना है, पर जे इन्ने तरह मेरी पेल हेठ तू एक वारी भी आवेंदो तो मैं जरूर घर का छोड़ा, क्यों तेरा मजहब तो हो सी जाए तेनू इजाजत दिती है, मेरा मजहब मैनू इजाजत नहीं देंदा, होवे खुदा दा दुश्मन ते वत मोमिन दी तलवार तू बच के वने, बस चलन दी ढिल्ले अठ पहार थोड़ा जा कानून मिल जावे, इन्हां दियां गुब्बा होणियां फन छुड़ाया, पिछे वधे लेखे करिया साथों पुछो किवें कामयाब होंदा है कुफर, असा तो मशवरा देने काफिर किवें कामयाब होंगे वो तरीका इख्तियार करो, इन अपने आप सोचन नाल कुफर गालिब भीतरियां फवा के रख देने कुरान खुदा अल्लाह अल्लाह तरीका नहीं इस्लाम दे फेल करन दा, इंज करो ते इंज करो ते उंज करो, हाँ लियो मर गयो से ते साडी पासे लै गया ते पसली ला गई ते फलान हो गया, हड्डी टुट गई साडे बाबे नू गरका सटे साडे प्यो पीर मुर्शिद नू कैशन नहीं छुड़ेंदा, ओ कमले ओ तोड़े तुहानू पता है चीज उवा महफूज रहिंदी है जिहड़ी मालिक उल मुल्क दे जिम्मे लाई वञे, मरण वालियां दे जिम्मे जो कोई कल नू तुहाडे खुदा मर गए वत किहड़ा बूहा पीसो पिनो उसनू जिते मौत नहीं आती, असा तो पिनना हिके दरवाजे नू जिथे मौत आ नहीं सकती, पिनो सारे जींदे जहान नू पोपा पादरियां पंडतां नू हुकाम नू मोया नू जींदियां नू, अल्लाह फरमादा मेरा पैगंबर इन्हां नू पिनण दे खनजीरां नू तू तवक्कल अलल अज्जिल लज़ी ला यमूत, तेरी तवक्कल उस ते होवे जिहनू ते मौत कदे आ सकदी, नारे तकबीर हुंदी अज दी अज दी तां नहीं ना हाँ जी हाँ जी, ईमानदार उठावे लगे हाथ ते मुशरक दी कन्नी अगे लथी, अल्लाह पाक ने गुर समझाया ईमानदार दा तौर तरीका अल्लाह दी किताब पैगंबर वाला दित्तो या मजहब ओ ना छोड़े, सारे जहान दियां मुखालफतां जोर लगा लवें कदे भी ओ मजहब दुनिया ते खत्म नहीं हो सकदा, जिस मजहब दी दलील अल्लाह दी किताब ते पैगंबर दा किताब, इस वास्ते अल्लाह पाक ने कुरान मुकद्दस ते मुहम्मदुर रसूलुल्लाह दा गाढ़ा बयान कीता है ताकि पता चले कि अल्लाह दी किताब ऐसी किताब है कि पैगंबर भी अगर इसनू अपने सीने च ना रखदा ते पैगंबर दी नबुवत नहीं कामयाब, इस वास्ते ईमानदारो मरदे मरते जाओ मगर उस किताब दे मजहब नू कदे भी ना छड्डो जिस किताब दे सहारे ते मुहम्मद करीम दा मजहब परवान चढ़े, अल्लाह दे पाक पैगंबर, अल्लाह पाक ताई फरमांदा है वल्लज़ी जा बिसिद्दिक वसद्दक बिही जा बिल हक वसद्दक मुरसलीन, ए मेरा पाक पैगंबर जा बिसिद्दिक मुहम्मद आया मुहम्मद जा कौन आया मुहम्मद आया ते किवें आया
कल्ला आया या कहीं होर नू भी नाल लेके आया जा मुहम्मद अकेला नहीं आया जे मुहम्मद आया है तो नाल सच भी आया सच तू पहले मुहम्मद नहीं मुहम्मद तू पहले सच नहीं साढ़े 600 साल दार सा गुजर जाता है ईसा अलैहि सलाम नू दुनिया तो टुरिया जदन दा ओ टुरिया है पिछे हक नू दुनिया ते पैर टिकावण दा मौका नहीं मिलिया हक मुहम्मद दी इंतजार विचा मुहम्मद जिहड़े वेले पैदा होए 40 साल दी उम्र तो पहले मुहम्मद हक दी तलाश च साढ़े 600 साल कोलों हक मुहम्मद दी तलाश च इस वास्ते अल्लाह पाक ने उत्ते उत्ते रूह है मुहम्मद नाल करंट जोड़ छोड़िया उस हक दा अल्लाह पाक फरमांदा है जा अब सिदके मुहम्मद आया ते नाल सच्चाई भी आई सच्चाई अग्गे भी सच्चाई मुहम्मद दे अग्गे भी सिदाकत पीछे भी सिदाकत सजियों भी सिदाकत खबियों भी सिदाकत मुहम्मद खावे ता सिदाकत मुहम्मद पीवे ता सिदाकत मुहम्मद बोले ता सिदाकत मुहम्मद आवे ता सिदाकत मुहम्मद रोवे ता सिदाकत मुहम्मद जीवे ता सिदाकत मुहम्मद मरे ता सिदाकत मुहम्मद दा आना ते जाना किरदार ते गुफ्तार क्योंकि आया है सिदक दे नाल वंजना सिदक दे नाल बहना सिदक दे नाल इस वास्ते अल्लाह पाक फरमांदा है सारी कायनात जितनी पहले गुजर चुकी है सारी कायनात नू कूड़ी कूड़ मलूम होना जे मुहम्मद करीम आप ना आंदा नाल सिदक वाली किताब ना लाए आंदा ए किताब भी आई मुहम्मद दा खिताब भी आया तो के हो गया सद्दक अल मुरसलीन सारे रसूलां दी तस्दीक तां होई जे अखीर विच मुहम्मद भी आया ते नाल सच्चाई वाली किताब भी आई अल्लाह पाक दे पाक पैगंबर ए कामयाब होंदे न तां सिदक वाली किताब नाल आखो किस नाल सिदक वाली किताब नाल सिदक वाली किताब क्या है कुरान कलामुल्ला इस नाल कामयाब होंदे न तां उम्मते मुहम्मदुर रसूलुल्ला भी उसे किताब नाल कामयाब होनी जिहड़ी किताब ते कामयाबी मुहम्मदुर रसूलुल्ला दी सच्ची केडी किताब है किताब कहंदी है सच्ची मन अज़ल्लु मिम्मन यदू मिन दूनिल्लाह मल्ला यस्तजीबु लहू इला यौम मिलकियामा वहुम अल्दुआ इहिम गाफिलून वाइजा हुशरन नासु कानू लहुम आदान वकानू बेइबादतहिम काफिरी ए मेरे पाक पैगंबर तेरी सच्ची किताब क्या दी मुहम्मद भी सच्चा किताब भी खिताब मुहम्मद दा भी सच्चा किताब मुहम्मद दी भी सच्ची ते सच्ची किताब क्या दिए मालूम होया मुहम्मद दा सच किताब दे सच ते किताब दा सच मुहम्मद दे सच ते मुहम्मद दी सच्चाई किताब तू बाहर नहीं किताब दी सच्चाई मुहम्मद तू बाहर नहीं मुहम्मद दी तस्दीक करे ता किताब है किताब दी तस्दीक करे ता मुहम्मद दा खिताब है एक दूए दे उत्ते लाजवाब हैं ता अल्लाह फरमांदा है मुहम्मद दी कामयाबी भी किताब ते किताब दी कामयाबी मुहम्मद ते किताब निरी हक दी भरी हुई किताब केड़ा दावा लेके आंदी है दुनिया दे सामने ओ कहंदी है मन अज़ल्लो मिम्मन यदू मिन दूनिल्लाह ओ जेड़े जेड़े लोग मिन दू आखो मिन दूनिल्लाह मिन अल्लाह तू ओरा ओरा मिन दू अल्लाह तू
ਉਰਾਂ ਉਰਾਂ ਜ਼ਬਰਦਸਤ ਤੂੰ ਉਰਾਂ ਉਰਾਂ ਜਿਹੜੇ ਜ਼ੇਰ ਦਸਤ ਮਿੰਨ ਦੂਨ ਇਲਾ ਵਰੇ ਵਰੇ ਅੱਲਾ ਤੂੰ ਉਰਾਂ ਉਰਾਂ ਨਬੀਹਿਨ ਵਲੀਹਿਨ ਗੌਸਹਿਨ ਕੁਤਬਿਨ ਅਬਦਾਲਹਿਨ ਔਤਾਦਿਨ ਮੌਲਵੀਹਿਨ ਪੀਰਿਨ ਜੀਂਦੇ ਜਾਗਦੇਨ ਲੈਂਡ ਲਾਟਿਨ ਪੋਪ ਪਾਦਰੀਨ ਬੜੇ ਗੁਰੂ ਘੰਟਾਲਿਨ ਚੇਲੇਹਿਨ ਰੋਹੇਲੇਹਿਨ ਬਖੇਲੇਹਿਨ ਉਹ ਗੈਰੁੱਲਾ ਦੀਆਂ ਨਿਆਜ਼ਾਂ ਦੇ ਮਰੇਲੇਹਿਨ ਉਹ ਆਪਣੇ ਹਿਨ ਪਰਾਏਨ ਉਹ ਜੰਗਲ ਦੇ ਤਰਬੇਲੇਹਿਨ ਜਿਹੋ ਜੈਵੀਨ ਮਿਨ ਦੂਨ ਇਲਾ ਅੱਲਾ ਤੂੰ ਉਰਾਂ ਉਰਾਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਕੋਈ ਛੱਡੇਂਦੇ ਹੋ ਸੁਰੇਂਦੇ ਹੋ ਪੁਕਰੇਂਦੇ ਹੋ ਉਹਨਾਂ ਦੀਆਂ ਨਿਆਜ਼ਾਂ ਜਾ ਕੇ ਦਿੰਦੇ ਹੋ ਅੱਲਾ ਦੀ ਸੱਚੀ ਕਿਤਾਬ ਮੁਹੰਮਦ ਦਾ ਸੱਚਾ ਖਿਤਾਬ ਉਹ ਇਹ ਜਵਾਬ ਦਿੰਦਾ ਹੈ ਉਹਨਾਂ ਨੂੰ ਵੰਜ ਕੇ ਛੱਡੇਂਦੇ ਛੱਡੇਂਦੇ ਮਰ ਤੇ ਜਾਓ ਕਿਆਮਤ ਕਾਇਮ ਹੋ ਵੰਜੇ ਹਸ਼ਰ ਕਾਇਮ ਹੋ ਵੰਜੇ ਹਸ਼ਰ ਤੁਰੀ ਛੱਡੇਂਦੇ ਰਹੋ ਵੱਡਿਆਂ ਨੂੰ ਛੱਡੇਂਦੇ ਰਹੋ ਸਲਾਮ ਜੀ ਤੁਆਮ ਜੀ ਇਨਾਮ ਜੀ ਪਕਵਾਨ ਜੀ ਆਇਆ ਖਲਾ ਮਹਾਰ ਲਾਲ ਜੀ ਆਏ ਖਲੋ ਤੇ ਨਾਲ ਬਾਲ ਜੀ ਛੋਟੇ ਛੋਟੇ ਜੰਜਾਲ ਜੀ ਹਾਂ ਵੱਡਾ ਕਲਾਲ ਜੀ ਅੱਲਾ ਫਰਮਾਂਦਾ ਹੋਇਆ ਖਲਿਆਂ ਦਾ ਕਾਲ ਜੀ ਨਹੀਂ ਤਾਂ ਅੱਲਾ ਜੀਂਦੇ ਨੂੰ ਛੱਡ ਕੇ ਮੂਜ਼ਿਆਈ ਦੇ ਕਦੇ ਨਾ ਦੋ ਸਾਰੀ ਦੀ ਸਾਰੀ ਕਾਇਨਾਤ ਦੇ ਵਿੱਚ ਜਿੱਥੋਂ ਤੁੜੀ ਤੁਹਾਡਾ ਲਾਂਬੋ ਕਾ ਚੱਲਦਾ ਛੱਡ ਲਓ ਛੱਡੇਂਦਿਆਂ 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 ਇਲਾ ਯੌਮਿਲ ਕਿਆਮਾ ਕਿਆਮਤ ਤੁੜੀ ਛੱਡੇਂਦੇ ਰਹੋ ਉਹ ਛੱਡਣ ਵਾਲੇ ਤਾਂ ਮਰ ਸਕਦੇ ਨੇ ਪਰ ਮੋਏ ਹੋਏ ਕਦੇ ਛੱਡਣ ਵਾਲੇ ਦਾ ਜਵਾਬ ਨਹੀਂ ਦੇ ਸਕਦੇ ਪਾਬੰਦੀਆਂ ਲੱਗੇ ਨੇ ਤਾਂ ਵੀ ਉਹ ਮਜ਼ਹਬ ਏ ਕੁਰਾਨ ਦਾ ਉਹ ਮੀਆਂ ਕਤਲ ਦੇ ਮਨਸੂਬੇ ਹੋਣ ਤਾਂ ਵੀ ਮਜ਼ਹਬ ਏ ਕੁਰਾਨ ਦਾ ਜਾਨ ਤਾਂ ਵੀ ਇਹੋ ਮਜ਼ਹਬ ਏ ਕੁਰਾਨ ਦਾ ਸਾਰੇ ਮੌਲਵੀ ਆਪਣੇ ਪਰਾਏ ਵੰਨ ਤਾਂ ਵੀ ਸੁਣ ਲਵੇਨ ਉਹ ਤਾਂ ਕਾਫਿਰ ਹੋ ਸਕਦੇ ਨੇ ਮਗਰ ਅੱਲਾ ਦੀ ਕਿਤਾਬ ਵਿੱਚ ਝੂਠ ਕਦੇ ਨਹੀਂ ਆ ਸਕਦਾ ਵਹੁਮ ਅਲ ਇਹਨ ਗਾਫਿਲੂ ਸਾਰੀ ਕਾਇਨਾਤ ਸਾਰੀ ਕਾਇਨਾਤ ਨਾਲ ਤਾਂ ਵਿਗਾੜ ਪੈਦਾ ਹੋ ਸਕਦਾ ਹੈ ਆਪਣਿਆਂ ਨਾਲੋਂ ਤਾਂ ਤਰੋਟਾ ਆ ਸਕਦਾ ਹੈ ਪੀਰਾਂ ਮੁਰੀਦਾਂ ਦੇ ਵਿਛੋੜੇ ਪੈ ਸਕਦੇ ਨੇ ਆਪਣੇ ਬੇਗਾਨੇ ਹੋ ਸਕਦੇ ਨੇ ਆਪਣੀ ਬੇਗਾਨੇ ਯਗਾਨੇ ਹੋਵੇ ਸੂਫੀ ਸਾਫੀ ਹੋਵੇ ਉਹ ਮੀਆਂ ਕਬਰਾਂ ਤੇ ਬੈਠ ਬੈਠਣ ਵਾਲੇ ਹੋ ਮਲੰਗ ਹੋਵੇ ਜਾਂ ਧੜੰਗ ਹੋਵੇ ਜਾਂ ਲਿਫੰਗ ਹੋਵੇ ਜਾਂ ਬਿਲਕੁਲ ਨੰਗ ਹੋਵੇ ਤ੍ਰਿਪੱਟ ਹੋਵੇ ਜਾਂ ਪੜਕੱਟ ਹੋਵੇ ਚੌੜ ਚਪੱਟ ਹੋਵੇ ਜਾਂ ਬੇਈਮਾਨ ਹੋਵੇ ਇਮਾਨਦਾਰ ਹੋਵੇ ਮੌਲਵੀ ਹੋਵੇ ਛੋਟੇ ਹੋਵੇ ਜਾਂ ਵੱਡੇ ਹੋਵੇ ਰੋਡੇ ਹੋਵੇ ਜਾਂ ਗੋਡੇ ਹੋਵੇ ਏਡੇ ਹੋਵੇ ਜਾਂ ਓਡੇ ਹੋਵੇ ਅੱਲਾ ਪਾਕ ਫਰਮਾਂਦਾ ਮਿਨ ਦੂਨ ਇਲਾ ਅੱਲਾ ਤੂੰ ਉਰਾਂ ਉਰਾਂ ਬੌਕਰ ਮਾਰ ਕੇ ਸਾਰੇ ਇਕੱਠੇ ਕਰ ਲਓ ਸਾਰਿਆਂ ਦੇ ਬਾਰੇ ਚ ਲਾਦਾ ਹੈ ਛੱਡਣ ਵਾਲੇ ਹੋ ਛੱਡਣ ਵਾਲੇ ਤਾਂ ਮਰ ਜਾਣਗੇ ਕਿਆਮਤ ਤੋੜੀ ਛੱਡੇਂਦੇ ਰਹੋ ਮਗਰ ਉਹਨਾਂ ਨੂੰ ਜਿਹੜੇ ਮਰ ਗਏ ਐਨ ਛੱਡਣ ਵਾਲੇ ਜੀਂਦੇ ਤਾਂ ਮਰ ਵਈ ਸਨ ਪਰ ਮੋਏ ਹੋਏ ਕਦੇ ਛੱਡਣ ਵਾਲਿਆਂ ਦੀ ਆਵਾਜ਼ ਨਹੀਂ ਸੁਣ ਸਕਦੇ ਵਹੋ ਅਲ ਦੁਆ ਇਹਨ ਗਾਫਿਲੂ ਉਹ ਸਾਰੀ ਦੀ ਸਾਰੀ ਕਾਇਨਾਤ ਵਾਲਿਓ ਸੁਣ ਲਓ ਮੁਹੰਮਦ ਦਾ ਜ਼ੇਵਰ ਵੀ ਇਹੋ ਕਿਤਾਬ ਹੈ ਕਿਤਾਬ ਦਾ ਜ਼ੇਵਰ ਵੀ ਇਹੋ ਫਤਵਾ ਹੈ ਅੱਲਾ ਪਾਕ ਫਰਮਾਂਦਾ ਹੈ ਇਜ਼ਾ ਹੁਸ਼ਰ ਨਾਸੂ ਕਾਨੂ ਲਹੁਮ ਆਦਾਨ ਵਕਾਨੂ ਬੇਇਬਾਦਤਹਿਮ ਕਾਫਰੀਨ ਇਹ ਲਫ਼ਜ਼ ਵੀ ਐਡੇ ਔਖੇ ਹੋ ਕੇ ਮੈਂ ਬੋਲਿਆ ਆ ਜਜ਼ਾਕ ਅੱਲਾ ਇਨਸ਼ਾ ਅੱਲਾ ਆਵੇ ਸੀ ਫਿਲਹਾਲ ਉਹ ਕਿਤਾਬ ਛਪ ਚੁੱਕੀ ਹੈ ਛਪ ਕੇ ਉਹਨੇ ਚੂੰਕਿ ਆਪ ਮਸ਼ਵਰਾ ਕੀਤਾ ਇਮਾਮ ਹਰਮ ਨੇ ਅਬਦੁੱਲਾ ਇਬਨ ਸੁਬੈਯਲ ਨੇ ਮੁਦਜ਼ਿਲੁਲ ਆਲੀ ਨੇ ਕਿ ਇਹ ਛਪਾ ਕੇ ਅਤੇ ਅਸਾਂ ਸਿਰਫ ਸਾਊਦੀ ਅਰਬ ਵਿੱਚ ਤਕਸੀਮ ਕਰਨੀ ਹੈ ਚੁਣਾਚੇ ਉੱਥੋਂ ਇਤਲਾਹ ਆ ਗਈ ਹੈ 11,000 ਨੁਸਖਾ ਉਹਦਾ ਛਪਾ ਕੇ ਉਹਨਾਂ ਕੁੱਲ ਸਾਊਦੀ ਅਰਬ ਦੇ ਅੰਦਰ ਅਤੇ ਅਰਬ ਰਿਆਸਤ ਅੰਦਰ ਉਹ ਸ਼ਾਇਆ ਕਰ ਦਿੱਤਾ ਹੈ ਕਿਉਂਕਿ ਉਹਦੇ ਵਿੱਚ ਦੋ ਪਾਰਟੀਆਂ ਦੀ ਤਰਦੀਦ ਕੀਤੀ ਹੋਈ ਹੈ ਮੁਦਾਫਤ ਆਈ ਮਹਿਰਮੈਨ ਕੋਲੋਂ ਇਨਸ਼ਾਅੱਲਾ ਉਹਦਾ ਉਰਦੂ ਤਰਜਮਾ ਨਾਲ ਕਰਕੇ ਕੁਝ ਅਰਸਾ ਦੇ ਬਾਅਦ ਇੱਥੇ ਪਾਕਿਸਤਾਨ 'ਚ ਸ਼ਾਇਆ ਕਰ ਦਿਆਂਗੇ ਦੋ ਕਿਤਾਬਾਂ ਦੂਸਰੀਆਂ ਵੀ ਹਨ ਆਖਿਰ ਦਾਵਾਨ